ਹਰ ਤਾਂ ਜਦੋਂ ਕੰਮ ਕਰਦੇ ਹੋ ਤਾਂ ਕਰਦੇ ਹੋ।
ਅੱਜ ਉੱਥੇ ਅਸੀਂ ਟੋਲ ਪਲਾਜੇ 'ਤੇ ਬੈਠੇ ਹਾਂ 3 ਦਿਨਾਂ ਦੇ। ਚੱਲ ਅੱਜ ਸਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਸੀ, ਉਸ ਤੋਂ ਬਾਅਦ ਅੱਜ ਦੁਪਹਿਰੇ ਕਾਦੀਆਂ ਜਥੇਬੰਦੀ ਆ ਕੇ ਉੱਥੇ ਆ ਕੇ ਬਹਿ ਗਏ ਬਰਾਬਰ, ਇੱਕ ਪੈਰਲਰ ਉਹਨਾਂ ਨੇ ਧਰਨਾ ਲਾ ਲਿਆ। ਅਤੇ ਜਦੋਂ 6 ਵਜੇ ਦਾ ਟਾਈਮ ਹੋਇਆ ਤਾਂ ਉੱਥੇ ਜਿਹੜਾ ਟਰਾਂਸਪੋਰਟਰ ਸੀ ਕੋਈ ਤੁਰਿਆ ਜਾਂਦਾ ਰਾਹ 'ਚ, ਰੁਪਈਆ ਸਿੱਟ ਗਿਆ 100। ਉਹਨਾਂ ਨੇ ਸਪੀਕਰ 'ਚ ਬੋਲ ਕੇ ਅਸੀਂ ਚੱਕਿਆ ਨਹੀਂ ਉਹ ਰੁਪਈਆ 100 ਵੀ, ਉਹ ਉਹਨਾਂ ਨੇ ਟਰੱਕ ਵਾਲਿਆਂ ਨੇ ਚੱਕ ਲਿਆ ਦੁਬਾਰੇ। ਪਰ ਉਦੋਂ ਬਾਅਦ ਉਹਨਾਂ ਨੇ ਸਾਨੂੰ ਗਾਲੀ ਗਲੋਚ ਕਰਿਆ। ਮੈਂ ਜਾ ਕੇ ਆਪਣੇ ਬਰਨਾਲਾ ਜ਼ਿਲ੍ਹੇ ਦਾ ਜ਼ਿਲ੍ਹਾ ਸੈਕਟਰੀ ਹੋਣ ਦੇ ਨਾਤੇ ਵੀ ਕੇ ਜੂ ਡਕੋਂਦਾ ਦਾ, ਮੈਂ ਉਹਨਾਂ ਨੂੰ ਜਾ ਕੇ ਕਿਹਾ ਮੈਂ ਥੋੜ੍ਹੀ ਮਾੜੀ ਗੱਲ ਹੈ, ਤੁਸੀਂ ਨਾਲੇ ਗਾਲਾਂ ਕੱਢੀ ਜਾਂਦੇ ਹੋ, ਨਾਲੇ ਪੁੱਠਾ ਬੋਲਦੇ ਹੋ। ਤਾਂ ਉਦੋਂ ਬਾਅਦ ਉਹ 20-25 ਬੰਦੇ ਨੇ ਉੱਥੇ, ਉਹਨਾਂ ਦਾ ਸ਼ਰਾਬੀ ਹਾਲਤ ਸੀਗੇ, ਉਹਨਾਂ 'ਚੋਂ ਆ ਕੇ ਜਦੋਂ ਸਾਡੇ ਵੱਲ ਨੂੰ ਉਹਨਾਂ ਨੇ ਹਮਲਾ ਕਰਿਆ, ਅਤੇ ਉਹ ਜਿੱਥੇ ਟੋਲ ਪਲਾਜੇ ਦੇ ਬੌਕਸ ਜੇ ਨੇ ਉੱਥੇ ਆ ਕੇ ਮੈਂ ਉਹਨਾਂ ਨੂੰ ਇੰਨੀ ਗੱਲ ਕਹਿ ਕੇ ਮੋੜਨ ਲੱਗਿਆ, ਤਾਂ ਮਗਰੋਂ ਆ ਕੇ ਸਰਬਜੀਤ ਸਰਬੂ ਇੱਕ ਗੰਗੋਰਾਂ ਦਾ, ਇੱਕ ਹੈਗਾ ਸਤਨਾਮ ਸੱਤਾ ਧਨੇਰ ਦਾ, ਉਹਨਾਂ ਨੇ ਮਗਰੋਂ ਮੇਰਾ ਗਲ ਫੜ ਕੇ ਸਿੱਟ ਲਿਆ, ਨਾਲੇ ਮੇਰੀ ਪੱਗ ਲਾ ਦੀਆਂ, ਦਾੜੀ ਪੱਟੀ ਗਈ, ਇੱਕ ਮੇਰੀ ਇਸ ਖਿੱਚ ਧੂ 'ਚ 1.5 ਤੋਲੇ ਦੀ ਸਾਂਪ ਆ ਜਿਹੜੀ ਸੋਨੇ ਦੀ ਮੁੰਦਰੀ, ਉਹ ਲੈ ਗਈ ਆ। ਉਹ ਅਸੀਂ ਹੁਣ ਇੱਥੇ ਪੁਲਿਸ ਰਿਪੋਰਟ ਕਰਤੀ ਆ, ਹੁਣ ਉਸ ਤੋਂ ਬਾਅਦ ਦੇਖਦੇ ਹਾਂ ਪੁਲਿਸ ਵਾਲੇ ਕੀ ਕਰਦੇ ਆ। ਅੱਜ ਵੀ ਜੋ ਟੋਲ ਟੈਕਸ 'ਤੇ ਸ਼ਾਮ ਨੂੰ ਕਿਸਾਨਾਂ ਵਿੱਚ ਝੜਪ ਹੋਈ ਆ, ਉਸ ਵਿੱਚ ਕੀ ਜਾਣਕਾਰੀ ਪਹੁੰਚੀ ਤੁਹਾਡੇ ਕੋਲ? ਸਾਡੇ ਕੋਲ ਜੋ ਅੱਜ ਟੋਲ ਪਲਾਜ਼ਾ ਮਹਿਲਕਲਾਂ ਵਿਖੇ ਕਿਸਾਨ ਜਥੇਬੰਦੀਆਂ ਵਿੱਚ ਆਪਸ ਵਿੱਚ ਝੜਪ ਹੋਈ ਆ, ਉਸ ਸੰਬੰਧੀ ਮਲਕੀਤ ਸਿੰਘ ਈਨਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਵੱਲੋਂ ਸਾਡੇ ਕੋਲ ਇੱਕ ਦਰਖਾਸਤ ਮਸੂਲ ਹੋਈ ਆ। ਦਰਖਾਸਤ ਦੇ ਸੰਬੰਧ ਵਿੱਚ SHO ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ, ਉਹਨਾਂ ਵੱਲੋਂ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਸਵੇਰੇ ਕੋਕ ਪੜਤਾਲ ਕਰਕੇ ਜੋ ਕਾਰਵਾਈ ਆ, ਜੋ ਦਰਖਾਸਤ ਸੰਬੰਧੀ ਉਹ ਅਮਲ ਵਿੱਚ ਲਿਆਂਦੀ ਜਾਊ।